ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਫਤਿਹ ਟੀਵੀ ਅਤੇ ਸਿੱਖ ਯੂਥ ਦੇ ਇਸ ਐਪੀਸੋਡ 'ਚ ਮੈਂ ਅਵਨੀਤ ਕੌਰ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਆਖਦੀ ਹਾਂ। ਸੋਚ ਨੇਕ ਹੋਏ, ਦਿਲ 'ਚ ਜਜ਼ਬਾ ਹੋਏ ਕੁਝ ਕਰ ਦਿਖਾਉਣ ਦਾ, ਅਤੇ ਹਰ ਕੋਈ ਸ਼ਖਸ ਕੁਝ ਕਰ ਦਿਖਾ ਸਕਦਾ। ਇਸੀ ਨੂੰ ਲੈ ਕੇ ਸਾਡੇ ਸਟੂਡੀਓ ਦੇ ਵਿਚਕਾਰ ਅੱਜ ਮੌਜੂਦ ਨੇ ਸਰਦਾਰ ਮਨਦੀਪ ਸਿੰਘ। ਬਹੁਤ ਬਹੁਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ, ਤੁਹਾਡੇ ਸ਼ਖਸੀਅਤ ਬਾਰੇ ਗੱਲ ਕਰੀਏ, ਸਿੱਖ ਯੂਥ ਪ੍ਰੋਗਰਾਮ ਹੈ ਔਰ ਤੁਸੀਂ ਯੂਥ ਨੂੰ ਬਹੁਤ ਜਿਹੜਾ ਸਪੋਰਟ ਕਰਦੇ ਹੋ, ਤੁਹਾਡੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕਿੱਥੋਂ ਐਜੂਕੇਸ਼ਨ ਸ਼ੁਰੂ ਹੋਈ ਅਤੇ ਅੱਜ ਕਿੱਥੇ ਤੁਸੀਂ ਪੜ੍ਹ ਰਹੇ ਹੋ? ਜੀ, ਮੈਂ ਪਹਿਲੇ 10th ਤੱਕ ਨਾਨਕ ਪਬਲਿਕ ਸਕੂਲ ਪੰਜਾਬੀ ਬਾਗ ਪੜ੍ਹਿਆ, ਉਸ ਤੋਂ ਬਾਅਦ ਫਿਰ 11th-12th 'ਚ ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਗਿਆ ਅਤੇ ਇਸ ਟਾਈਮ ਮੈਂ ਕਰੰਟਲੀ ਆਪਣੀ ਗ੍ਰੈਜੂਏਸ਼ਨ ਕਰ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਤੋਂ, ਜੋ ਕਿ ਪ੍ਰੀਤਮਪੁਰਾ ਵਿਖੇ। ਕਿਹੜਾ ਕੋਰਸ ਪੜ੍ਹਾਈ 'ਚ, ਕਿੱਦਾਂ ਤੁਸੀਂ ਬ੍ਰਾਈਟ ਸਟੂਡੈਂਟ ਸੀ, ਕਿੱਦਾਂ ਸੀ ਉਸ ਲਾਈਫ ਬਾਰੇ ਅਗਰ ਗੱਲ ਕਰੀਏ ਤਾਂ? ਅਗਰ ਸਟੂਡੈਂਟ ਲਾਈਫ ਦੀ ਗੱਲ ਕਰੀਏ ਤਾਂ ਇੱਕ ਕਹਿ ਸਕਦੇ ਹੋ ਤੁਸੀਂ, ਕਹਿੰਦੇ ਆ ਨਾ ਆਪਾਂ ਕਿ ਬਿਨਾਂ ਪਿਓ ਦਾ ਬੱਚਾ ਬੜਾ ਜਲਦੀ ਵੱਡਾ ਹੋ ਜਾਂਦਾ। ਜ਼ਿੰਮੇਦਾਰੀਆਂ ਪੈਣ ਕਰਕੇ ਅਸੀਂ ਥੋੜ੍ਹੇ ਮੈਚਿਓਰ ਹੋ ਗਏ ਆਪਣੀ ਏਜ ਲੈਵਲ ਤੋਂ, ਬਟ ਲਾਈਫ 'ਚ ਫਿਰ ਉਹੀ ਇੱਕ ਨਵਾਂ ਦੌਰ ਆਇਆ, ਕਾਲਜ ਲਾਈਫ ਆਈ ਹੈ। ਹੁਣ ਕਾਲਜ ਦੇ ਵਿੱਚ ਜਾ ਕੇ ਵੀ ਥੋੜ੍ਹਾ ਅਸੀਂ ਉੱਥੇ ਗਏ ਅਤੇ ਮਤਲਬ ਇੱਕ ਲਾਈਫ ਦਾ ਨਵਾਂ ਦੌਰ ਹੈ, ਬਿਲਕੁਲ ਨਿਊ ਫੇਸ ਹੈ। ਜੇ ਤੁਸੀਂ ਗੱਲ ਕਰੋ ਮੇਰੀ ਲਾਈਫ ਬਾਰੇ, ਆਪਾਂ ਯਾਦ ਹੈ ਮੈਨੂੰ ਕਿ ਜਦ ਮੈਂ ਛੋਟਾ ਜਿਹਾ ਸੀ, ਇੱਕ ਚੀਜ਼ ਕੋਈ ਪੁੱਛਦਾ ਸੀ ਕੀ ਕਰਨਾ ਚਾਹੁੰਦੇ ਹੋ, ਤਾਂ ਚਾਹੁੰਦਾ ਸੀ ਕਿ ਟੀਵੀ 'ਤੇ ਆਊਂਗਾ ਇੱਕ ਦਿਨ, ਬਟ ਇਹ ਨਹੀਂ ਪਤਾ ਸੀ ਕਿਉਂ ਆਊਂਗਾ, ਅਤੇ ਅੱਜ ਪਰਮਾਤਮਾ ਨੇ ਇੱਥੇ ਬਿਠਾ ਦਿੱਤਾ। ਇਸ ਤਰ੍ਹਾਂ ਲਾਈਫ ਦਾ ਸਰਕਲ ਚੱਲਦਾ ਆ ਰਿਹਾ। ਤੁਸੀਂ ਪੰਜਾਬੀ ਓਨਰਸ ਹੀ ਕਿਉਂ ਚੂਜ਼ ਕੀਤਾ, ਕੋਈ ਹੋਰ ਵੀ? ਜਿਵੇਂ ਪੰਜਾਬੀ ਕਵਿਤਾਵਾਂ ਲਿਖਦਾ ਕਿਉਂਕਿ ਮੈਨੂੰ ਲਿਖਣ ਦਾ ਬੜਾ ਸ਼ੌਂਕ ਹੈ। ਇਸ ਤਰ੍ਹਾਂ ਹੀ ਪਰਮਾਤਮਾ ਦੀ ਰਜ਼ਾ 'ਚ ਰਹਿਣਾ, ਜਿਸ ਤਰ੍ਹਾਂ ਆਪਾਂ ਅੱਜ ਇੱਥੇ ਬੈਠੇ ਹਾਂ ਇਸ ਮਾਹੌਲ ਦੇ ਉੱਤੇ, ਜਾਂ ਅੱਜ ਤੁਸੀਂ ਦੇਖ ਰਹੇ ਹੋਵੋਗੇ ਕੁਛ ਮੈਂ ਬੋਲ ਰਿਹਾ, ਇਹ ਅਸੀਂ ਨਹੀਂ ਚਲਾ ਰਹੇ, ਇਸ ਨੂੰ ਕਰਨ ਵਾਲਾ ਇੱਕ ਹੈ ਜਿਹਨੂੰ ਅਸੀਂ ਕਰਤਾ ਪੁਰਖ ਕਹਿੰਦੇ। ਉਸ ਕਰਤਾ ਪੁਰਖ ਦੀ ਜੋ ਰਜ਼ਾ ਹੋਏ ਉਸ ਦੇ ਤੌਰ 'ਤੇ ਮੈਂ ਲਿਖਦਾ ਵੀ ਹਾਂ। ਅਤੇ ਆਪਾਂ ਇੱਕ ਕੁਛ ਲਾਈਨਾਂ ਨੇ ਕਿ ਆਮ ਹੋ ਕੇ ਵੀ ਉਹ ਬਹੁਤ ਖਾਸ ਹੈ, ਜਜ਼ਬਾਤਾਂ ਨਾਲ ਭਰਿਆ ਇੱਕ ਅਹਿਸਾਸ ਹੈ, ਪਰਮਾਤਮਾ ਨਾਮ ਹੀ ਇੱਕ ਆਤਮ ਵਿਸ਼ਵਾਸ ਹੈ। ਬਹੁਤ ਖੂਬਸੂਰਤ ਲਾਈਨਾਂ ਤੁਸੀਂ ਲਿਖਦੇ ਹੋ ਔਰ ਵਾਹਿਗੁਰੂ ਤੁਹਾਡੇ 'ਤੇ ਅਸੀਸ ਬਣਾਈ ਰੱਖੇ। ਇਸੇ ਤਰੀਕੇ ਨਾਲ ਤੁਸੀਂ ਕਵਿਤਾ ਲਿਖੋ, ਲੇਕਿਨ ਖਾਸ ਤੌਰ 'ਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਕਵਿਤਾ ਵੱਲ ਅੱਜ ਸਾਡੇ ਯੂਥ ਦਾ ਰੁੱਖ ਨਹੀਂ ਹੈ, ਲੇਕਿਨ ਤੁਸੀਂ ਜੋ ਆਪਣੀ ਲਾਈਫ ਵਿੱਚ ਪੰਜਾਬੀ ਓਨਰਸ ਹੀ ਚੁਣਿਆ, ਉਹ ਆਖਿਰਕਾਰ ਕਿਉਂ ਚੁਣਿਆ? ਜੀ, ਉਸਦਾ ਰੀਜ਼ਨ ਇਹ ਸੀਗਾ ਕਿ ਅਗਰ ਕਹਿੰਦੇ ਆ ਨਾ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਏ ਉਸਦੇ ਸਾਹਿਤ ਨੂੰ ਜਾਂ ਉਸਦੇ ਇਤਿਹਾਸ ਨੂੰ ਮਾਰ ਦਿਓ, ਅਤੇ ਸਾਡੀ ਕੌਮ ਨੂੰ ਜਿਉਣਾ ਰੱਖਣ ਲਈ ਸਾਨੂੰ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਉਸ ਚੀਜ਼ 'ਤੇ ਪ੍ਰਚਾਰ ਅਤੇ ਪ੍ਰਸਾਰ ਵਧੇ ਸਾਡੀ ਕੌਮ ਦਾ, ਉਸ ਚੀਜ਼ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਹਾਰਾਜ ਮਿਹਰ ਕਰਨ ਇਸ ਤਰ੍ਹਾਂ ਅਸੀਂ ਹੋਰ ਵੀ ਲੋਕਾਂ ਨੂੰ ਇੰਸਪਾਇਰ ਕਰ ਸਕੀਏ, ਇਹ ਕੋਸ਼ਿਸ਼ ਹੈ। ਲੇਕਿਨ ਗੱਲ ਕਰੀਏ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀ, ਉਹ ਤੁਸੀਂ ਜ਼ਰੂਰ ਕਰ ਰਹੇ ਹੋ, ਲੇਕਿਨ ਜਦ ਗੱਲ ਸਕੋਪ ਦੀ ਕਰਨੇ ਆ, ਜਦ ਗੱਲ ਅਪੋਰਚੁਨਿਟੀਜ਼ ਦੀ ਕਰਨੇ ਆ, ਤਾਂ ਕਿੱਥੇ ਨਾ ਕਿੱਥੇ ਜਾ ਕੇ ਥੋੜ੍ਹਾ ਮਾਇੰਡ ਡਾਇਵਰਟ ਹੋ ਜਾਂਦਾ, ਤੁਹਾਡਾ ਕੀ ਕਹਿਣਾ? ਦੇਖੋ, ਆਪਣਾ ਅੱਜ ਅਗਰ ਗੱਲ ਕਰੀਏ ਅਸੀਂ ਕਿਸੇ ਵੀ ਕੋਰਸ ਦੀ, ਗ੍ਰੈਜੂਏਸ਼ਨ ਦੀ ਵੈਲਿਊ ਗ੍ਰੈਜੂਏਸ਼ਨ ਹੀ ਹੈ, ਚਾਹੇ ਉਹ ਕਿਸੇ ਵੀ ਕੋਰਸ ਹੋਏ, ਚਾਹੇ ਉਹ ਈਕੋ ਓਨਰਸ ਹੈ, ਚਾਹੇ ਬੀਕੌਮ ਓਨਰਸ ਹੈ। ਬਟ ਗੱਲ ਆਉਂਦੀ ਹੈ ਇੱਥੇ ਪ੍ਰੋਫੈਸ਼ਨਲਿਜ਼ਮ ਦੀ। ਪ੍ਰੋਫੈਸ਼ਨਲਿਜ਼ਮ ਦੀ ਕਿਉਂ ਆਉਂਦੀ ਹੈ? ਕਿਉਂਕਿ ਜਦ ਵੀ ਅਸੀਂ ਗ੍ਰੈਜੂਏਸ਼ਨ ਕਰਦੇ ਹਾਂ, ਗ੍ਰੈਜੂਏਸ਼ਨ ਤੋਂ ਬਾਅਦ ਅਸੀਂ ਇੱਕ ਨਵੀਂ ਲਾਈਫ ਓਪਟ ਕਰਦੇ ਹਾਂ, ਜਾਂ ਅਸੀਂ MA ਕਰਦੇ ਹਾਂ, ਜੇ ਆਪਾਂ ਸਾਹਿਤ ਵੱਲ ਜਾਣਾ, ਅਸੀਂ ਲਿਟਰੇਚਰ ਵੱਲ ਜਾਣਾ, ਜੇ ਆਪਾਂ ਕਿਸੇ ਪ੍ਰੋਫੈਸ਼ਨਲ ਲਾਈਨ 'ਚ ਜਾਣਾ ਤਾਂ ਅਸੀਂ ਉਸ ਦਾ ਕੋਰਸ ਪੜ੍ਹਦੇ ਹਾਂ। ਜਿਸ ਤਰ੍ਹਾਂ ਬਤੌਰ ਮੈਂ CS ਕਰ ਰਿਹਾ ਨਾਲ ਕੰਪਨੀ ਸੈਕਟਰੀ, ਹੁਣ ਦੇਖੋ ਕੰਪਨੀ ਸੈਕਟਰੀ ਇਹ ਨਹੀਂ ਹੈ ਕਿ ਮੈਂ ਆਪਣੀ ਗ੍ਰੈਜੂਏਸ਼ਨ ਨਹੀਂ ਕਰ ਰਿਹਾ, ਗ੍ਰੈਜੂਏਸ਼ਨ ਵੀ ਕਰ ਰਿਹਾ, ਆਪਣੀ ਮਾਂ ਬੋਲੀ 'ਤੇ ਵੀ ਪਹਿਰਾ ਦੇ ਰਿਹਾ, ਨਾਲ ਨਾਲ ਆਪਣਾ ਪ੍ਰੋਫੈਸ਼ਨਲ ਲਾਈਫ ਵੀ ਬਣਾ ਰਿਹਾ। ਗ੍ਰੈਜੂਏਸ਼ਨ ਇਜ਼ ਜਸਟ ਅ ਬਿਗਨਿੰਗ, ਅਤੇ ਬਿਗਨਿੰਗ 'ਤੇ ਤੁਸੀਂ ਇੰਨੀ ਵਧੀਆ ਕਰੋ, ਚਾਹੇ ਅੱਗੇ ਜਾ ਕੇ ਸਕੋਪਸ ਹਰ ਜਗ੍ਹਾ ਨੇ। ਤੁਸੀਂ ਪੰਜਾਬੀ ਓਨਰਸ ਤੋਂ ਬਾਅਦ ਬੈਂਕਿੰਗ ਦੇ ਜੋਬਸ ਦੇ ਸਕਦੇ ਹੋ, ਤੁਸੀਂ ਰੇਲਵੇਜ਼ ਦੇ ਵਿੱਚ ਵੀ ਓਪਟ ਫੁੱਲੋ, ਤੁਸੀਂ IBPS ਬੈਂਕਿੰਗ ਦੇ ਇਗਜ਼ਾਮਸ ਹੁੰਦੇ ਹੋ ਉਹਨਾਂ ਲਈ ਵੀ ਓਪਟ ਕਰ ਸਕਦੇ ਹੋ। ਸੋ ਸਕੋਪ ਤਾਂ ਬਹੁਤ ਹੈ ਜੀ। ਤੁਸੀਂ CS ਕਰ ਰਹੇ ਹੋ, ਤੁਸੀਂ ਦੱਸੋ ਕਿਸ ਤਰੀਕੇ ਨਾਲ ਬੈਲੈਂਸਿੰਗ ਕਰਦੇ ਹੋ ਇਹ ਦੋਨੋਂ ਚੀਜ਼ਾਂ ਨੂੰ? ਨਹੀਂ, ਇਹ ਬੈਲੈਂਸਿੰਗ ਨਹੀਂ ਕਹਿ ਸਕਦੇ ਇਸ ਨੂੰ, ਕਿ ਆਪਾਂ ਇਸ ਤਰ੍ਹਾਂ ਹੈ ਕਿ ਸਵੇਰੇ ਕਾਲਜ, ਕਾਲਜ ਤੋਂ ਬਾਅਦ ਟਿਊਸ਼ਨਸ, ਟਿਊਸ਼ਨ ਤੋਂ ਬਾਅਦ ਇਗਜ਼ਾਮ ਹੁੰਦਾ ਮਹੀਨੇ ਦੇ ਵਿੱਚ, ਆਪਣਾ ਸਾਲ 'ਚ 2 ਇਗਜ਼ਾਮਸ ਹੁੰਦੇ ਆ, ਉਸ ਹਿਸਾਬ ਨਾਲ ਸਾਰਾ ਸ਼ੈਡਿਊਲ ਕਰ ਲਈਦਾ। ਮਨਦੀਪ, ਗੱਲ ਕਰੀਏ ਕਿ ਤੁਸੀਂ ਬੋਲਿਆ ਯੂਨੀਅਨ 'ਚ ਹੋ, ਅਤੇ ਆਖਿਰਕਾਰ ਇੱਕ ਆਮ ਸਟੂਡੈਂਟ ਵਾਂਗੂ ਵੀ ਲਾਈਫ ਚੱਲ ਸਕਦੀ ਸੀ, ਲੇਕਿਨ ਯੂਨੀਅਨ 'ਚ ਜਾਣ ਦਾ ਆਖਿਰਕਾਰ ਮਕਸਦ ਕੀ ਸੀ? ਯੂਨੀਅਨ 'ਚ ਜਾਣ ਦਾ ਮਕਸਦ ਉਹਨੂੰ ਲਿੰਕ ਕਰ ਸਕਦੇ ਪੋਲੀਟਿਕਸ ਨਾਲ ਵੀ, ਕਿਉਂਕਿ ਰਾਜਨੀਤੀ 'ਚ ਜਾਣ ਦਾ ਸ਼ੌਂਕ ਸੀਗਾ, ਬਟ ਮੇਨਲੀ ਜਿਹੜਾ ਫੋਕਸ ਸੀ ਰਾਜਨੀਤੀ ਕਿਉਂ ਚੁਣੀ, ਉਸਦਾ ਰੀਜ਼ਨ ਇਹ ਸੀ ਕਿ ਅੱਜ ਦੀ ਡੇਟ 'ਚ ਤੁਸੀਂ ਦੇਖਿਆ ਰਾਜਨੀਤੀ ਨੂੰ ਬੜਾ ਗਲਤ, ਕੋਈ ਯਾਰ ਦੋਸਤ ਸਾਡੇ ਨਾਲ ਗਲਤ ਕਰਦਾ ਨਾ, ਅਸੀਂ ਉਹਨੂੰ ਕਹਿੰਦੇ ਯਾਰ ਰਾਜਨੀਤੀ ਨਾ ਕਰ। ਹਾਲਾਂਕਿ ਪੋਲੀਟਿਕਸ ਦਾ ਮਤਲਬ ਹੀ ਅਲੱਗ ਹੈ, ਪੋਲਿਸਿਸ ਪਲੱਸ ਟ੍ਰਿਕਸ ਹੋਣ ਤਾਂ ਉਹਨੂੰ ਪੋਲੀਟਿਕਸ ਕਹਿੰਦੇ ਆ। ਇੱਕ ਚੇਂਜ ਦੇ ਤੌਰ 'ਤੇ ਅਸੀਂ ਰਾਜਨੀਤੀ ਨੂੰ ਮੈਂ ਆਪਣੀ ਲਾਈਫ 'ਚ ਅਪਣਾਇਆ ਕਿ ਹਾਂ
ਅਗਰ ਮੈਂ ਨਹੀਂ ਇਸ 'ਚ ਜਾਵਾਂਗਾ ਯਾਰ ਕੌਣ ਜਾਏਗਾ, ਹਰ ਕੋਈ ਪਾਸਾ ਵੱਟ ਜਾਏ ਕਿ ਯਾਰ ਮੈਂ ਨਹੀਂ ਸੰਭਾਲ ਸਕਦਾ। ਅਤੇ ਤੁਸੀਂ ਸਿਸਟਮ ਨੂੰ ਅਗਰ ਠੀਕ ਕਰਨਾ, ਕੁਛ ਕਮੀ ਹੈ ਉਹ ਤੁਸੀਂ ਉਸ ਸਿਸਟਮ ਦੇ ਅੰਦਰ ਜਾ ਕੇ ਕਰ ਸਕਦੇ ਹੋ। ਇਸ ਕਰਕੇ ਪੋਲੀਟਿਕਸ ਲਾਈਨ ਆਪਟ ਕੀਤੀ ਅਤੇ ਯੂਨੀਅਨ ਦੇ ਵਿੱਚ ਜਾਣ ਦਾ ਫੈਸਲਾ ਲਿਆ ਕਿ ਜੋ ਜੋ ਕਾਲਜ ਵਿੱਚ ਬੈਟਰਮੈਂਟਸ ਹੋਣ ਵਾਲੀਆਂ ਮੈਂ ਆਪਣੇ ਥਰੂ ਕਰ ਸਕਾਂ। ਇਸ ਲਈ ਮੈਂ ਲਾਸਟ ਈਅਰ CC ਲਈ ਚੋਣ ਲੜੀ। ਗੱਲ ਕਰੀਏ ਮਨਦੀਪ ਜੀ ਧਰਮ ਅਤੇ ਰਾਜਨੀਤੀ ਦੀ, ਤੁਹਾਡਾ ਉਹਦੇ ਬਾਰੇ ਕੀ ਸੋਚਣਾ ਕਿ ਦੋਨੋਂ ਕਿਵੇਂ ਆਪਾਂ ਬੈਲੈਂਸਿੰਗ ਜਿਹੜੀ ਹੈ ਕਿਵੇਂ ਇਕੱਠੇ ਕਿਵੇਂ ਚੱਲ ਸਕਦੇ ਆ ਧਰਮ ਅਤੇ ਰਾਜਨੀਤੀ? ਇਹ ਸਵਾਲ ਬਹੁਤ ਅੱਛਾ ਲੱਗਾ ਮੈਨੂੰ ਤੁਸੀਂ ਪੁੱਛਿਆ, ਕਿਉਂਕਿ ਅੱਜ ਦੀ ਡੇਟ 'ਚ ਨਾ ਅਸੀਂ ਇਸੇ ਸਵਾਲ ਦੇ ਵਿੱਚ ਹੀ ਫਸੀ ਹੋਈ ਹੈ। ਰਾਜਨੀਤੀ, ਅਸੀਂ 6ਵੀਂ ਪਾਤਸ਼ਾਹੀ ਦੀ ਗੱਲ ਕਰੀਏ, 6ਵੀਂ ਪਾਤਸ਼ਾਹੀ ਨੇ ਸਾਨੂੰ ਕੰਸੈਪਟ ਦਿੱਤਾ ਮੀਰੀ ਪੀਰੀ, ਉਹਨਾਂ ਨੇ ਹੀ ਧਰਮ ਅਤੇ ਰਾਜਨੀਤੀ ਦਾ ਸਾਨੂੰ ਕੰਸੈਪਟ ਦਿੱਤਾ। ਅਕਾਲ ਤਖਤ ਸਾਹਿਬ ਦੇ ਜਦੋਂ ਅਸੀਂ ਬਾਹਰ ਜਾਂਦੇ ਹਾਂ, ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੈ, ਇੱਕ ਥੋੜ੍ਹਾ ਉੱਚਾ ਅਤੇ ਇੱਕ ਥੋੜ੍ਹਾ ਨੀਵਾਂ। ਜਿਹੜਾ ਉੱਚਾ ਹੈ ਉਹ ਸਾਨੂੰ ਧਰਮ ਦਾ ਦਿੱਤਾ ਗਿਆ ਅਤੇ ਜਿਹੜਾ ਨੀਵਾਂ ਉਹ ਰਾਜਨੀਤੀ ਦਾ। ਜੇ ਜਦੋਂ ਪਾਤਸ਼ਾਹ ਉੱਥੇ ਮੁੱਕ ਕਰਕੇ ਬੈਠਦੇ ਸੀ ਨਾ ਅਕਾਲ ਤਖਤ ਸਾਹਿਬ 'ਤੇ, ਅਤੇ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਵੱਲ ਮੁੱਕ ਕਰਕੇ ਉਹ ਸਾਰੇ ਫੈਸਲੇ ਲੈਂਦੇ ਸੀ ਕੌਮ ਦੇ। ਕਿਉਂ? ਕਿਉਂਕਿ ਜਿੰਨੇ ਵੀ ਕੌਮ ਦੇ ਰਾਜਨੀਤਿਕ ਫੈਸਲੇ ਹੁੰਦੇ ਸੀ ਉਹ ਅਕਾਲ ਤਖਤ ਤੋਂ ਨਿਕਲਦੇ ਸੀਗੇ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਦਰਬਾਰ ਸਾਹਿਬ ਦੀ, ਜੇ ਤੁਸੀਂ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਣ ਜਾਂਦੇ ਹੋ ਨਾ, ਉੱਥੋਂ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਉਸਦਾ ਰੀਜ਼ਨ ਕੀ ਹੈ? ਉਸ ਪਿੱਛੇ ਗੁਰੂ ਸਾਹਿਬਾਂ ਦੀ ਸੋਚ। ਦੇਖੋ, ਅਸੀਂ ਅੱਜ ਇਹ ਚੀਜ਼ਾਂ ਸੋਚ ਰਹੇ ਹਾਂ, ਉਹਨਾਂ ਨੇ ਕਿੰਨੇ ਸਾਲ ਪਹਿਲਾਂ ਹੀ ਸਾਨੂੰ ਕਲੀਅਰ ਕਰਤਾ ਪੋਲੀਟਿਕਸ ਔਰ ਧਰਮ ਦਾ ਕੀ ਕਨੈਕਸ਼ਨ ਹੈ, ਕਿ ਰਾਜਨੀਤੀ ਦੇ ਵਿੱਚ ਧਰਮ ਹੈ ਪਰ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੈ। ਪਰ ਅੱਜ ਦੀ ਡੇਟ 'ਚ ਇਹ ਕਨਸੈਪਟ ਉਲਟਾ ਹੋ ਰਿਹਾ, ਅੱਜ ਦੀ ਡੇਟ 'ਚ ਧਰਮ ਦੀ ਰਾਜਨੀਤੀ ਹੋ ਰਹੀ ਹੈ। ਸੋ ਅਸੀਂ ਜਦੋਂ ਤੁਸੀਂ ਹੁਣ ਮੈਨੂੰ ਇਹ ਸਵਾਲ ਪੁੱਛਿਆ, ਆਪਣੀ ਵੀ ਇਹੀ ਕੋਸ਼ਿਸ਼ ਹੈ ਜੋ ਸਾਨੂੰ 6ਵੀਂ ਪਾਤਸ਼ਾਹੀ ਨੇ ਕਿਹਾ, ਪਹਿਲੀ ਜੰਗ ਵੀ ਉਹਨਾਂ ਨੇ ਲੜੀ, ਉਹਨਾਂ ਨੇ ਜਦੋਂ ਕਿਹਾ ਸੀ ਤੁਹਾਨੂੰ ਰਾਜ ਵੀ ਲੈ ਕੇ ਦਾਂਗੇ, ਤੁਹਾਨੂੰ ਤਾਜ ਵੀ ਲੈ ਕੇ ਦਾਂਗੇ, ਤੁਹਾਨੂੰ ਬਾਜ ਵੀ ਲੈ ਕੇ ਦਾਂਗੇ। ਸੋ ਸਾਨੂੰ ਗੁਰੂ ਸਾਹਿਬਾਂ ਨੇ ਬੜਾ ਕਲੀਅਰ ਕਨਸੈਪਟ ਦਿੱਤਾ ਕਿ ਰਾਜਨੀਤੀ ਦੇ ਵਿੱਚ ਧਰਮ ਹੋਏ, ਧਰਮ ਦੇ ਵਿੱਚ ਰਾਜਨੀਤੀ ਨਹੀਂ। ਇਸੇ ਚੀਜ਼ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਹੈ। ਬਕਾਇਦਾ ਇਲੈਕਸ਼ਨ ਹੋਈ ਹੋਏਗੀ, ਤੁਹਾਨੂੰ ਇਲੈਕਸ਼ਨ ਵਿੱਚ ਤੁਸੀਂ ਪ੍ਰਚਾਰ ਪ੍ਰਸਾਰ ਵੀ ਕੀਤਾ ਹੋਏਗਾ, ਕਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਇੱਦਾਂ ਮੋਟੀਵੇਟ ਕੀਤਾ ਕਿ ਤੁਹਾਨੂੰ ਕਿਉਂ ਹੀ ਚੁਣਿਆ ਜਾਏ? ਉਹ ਕਿਸ ਤਰੀਕੇ ਦਾ ਦੌਰ ਸੀ? ਦੇਖੋ, ਅੱਜ ਦੀ ਡੇਟ ਦੇ ਵਿੱਚ ਵੋਟਰ ਜਿਹੜਾ ਉਹ ਬੜਾ ਸਮਝਦਾਰ ਹੈ, ਬਹੁਤ ਸੂਝਵਾਨ ਹੈ ਜੇ ਅਸੀਂ ਕਹੀਏ ਤਾਂ। ਉਹਨਾਂ ਨੂੰ ਕਲੀਅਰ ਇੱਕ ਤੁਸੀਂ ਝੂਠੇ ਵਾਅਦਿਆਂ ਨਾਲ ਨਹੀਂ ਭਰਮਾ ਸਕਦੇ, ਔਰ ਸਟੂਡੈਂਟ ਪੋਲੀਟਿਕਸ 'ਤੇ ਖਾਸ ਕਰਕੇ, ਕਿਉਂਕਿ ਸਟੂਡੈਂਟ ਬਹੁਤ ਸਮਝਦਾਰ ਹੈ, ਉਸ ਨੂੰ ਸਾਰੇ ਫੈਕਟ, ਉਹਨੂੰ ਸਾਰੇ ਤੱਤ ਗਿਣਾਉਣੇ ਪੈਂਦੇ ਕਿ ਤੂੰ ਮੈਨੂੰ ਵੋਟ ਕਿਉਂ ਕਰ, ਕਿ ਤੁਸੀਂ ਮੈਨੂੰ ਪਹਿਲੇ ਉਹਨਾਂ ਨੂੰ ਇਹ ਦੱਸਣਾ ਪੈਂਦਾ ਕਿ ਤੁਹਾਡੀ ਵੋਟਾਂ ਕਿਉਂ ਹੋ ਰਹੀਆਂ, ਤੁਹਾਡੀ ਯੂਨੀਅਨ ਕਿਉਂ ਇਲੈਕਟ ਹੋਏਗੀ, ਤੁਹਾਡੀ ਯੂਨੀਅਨ ਦਾ ਕੰਮ ਕੀ ਹੈ, ਜੇ ਅਸੀਂ ਚੁਣੇ ਜਾਂਦੇ ਹਾਂ ਅਸੀਂ ਇਹ ਕੰਮ ਕਰਾਂਗੇ, ਇਹ ਜਿਹੜੀ ਫੈਸਿਲਿਟੀ ਸਾਨੂੰ ਯੂਨੀਵਰਸਿਟੀ ਤੋਂ ਮਿਲਦੀਆਂ ਉਹ ਕਾਲਜ ਕਿਸੇ ਕਾਰਨ 'ਤੇ ਅਵੇਅਰਨੈਸ ਨਾ ਹੋਣ ਕਰਕੇ ਨਹੀਂ ਪਹੁੰਚ ਸਕਦੀਆਂ ਤੁਹਾਡੇ 'ਤੇ, ਉਹਨਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਸਾਡੇ ਲਈ। ਤਾਂ ਕਰਕੇ ਇੱਦਾਂ ਕਰਕੇ ਫਿਰ ਅਸੀਂ ਸਾਰਿਆਂ ਨੂੰ ਦੱਸਿਆ, ਆਪਣਾ ਇੱਕ ਪੂਰਾ ਚੋਣ ਮਨੋਰਥ ਪੱਥਰ ਬਣਾਇਆ ਸੀ, ਐਤਕੀ ਵੀ ਸਾਡੀ ਕਾਲਜ 'ਚ ਇਲੈਕਸ਼ਨ ਲੜੀ ਗਈ ਹੈ, ਉਹਦੇ ਲਈ ਵੀ ਅਸੀਂ ਆਪਣਾ ਪੂਰਾ ਜੋ ਮੈਨੀਫੈਸਟੋ ਜੋ ਜੋ ਅਸੀਂ ਪਿਛਲੇ ਸਾਲ ਕੀਤਾ ਬਤੌਰ ਪਾਰਟੀ ਬਤੌਰ ਮੈਂ ਕੈਂਡੀਡੇਟ ਐਸਾ ਕੀਤਾ, ਉਹ ਵੀ ਕੰਮ ਗਿਣਾਏ, ਆਪਾਂ ਆਪਣੇ ਕੰਮਾਂ ਦੇ ਆਧਾਰ 'ਤੇ ਵੋਟ ਮੰਗੀ ਹੈ ਔਰ ਕੰਮ ਕੀਤੇ ਆ ਤਾਂ ਹੀ ਵੋਟ ਪਈ ਹੈ ਅਗਲੀ ਵਾਰ। ਐਜ਼ ਅ CC ਮਨਦੀਪ ਸਿੰਘ ਕਿੰਨਾ ਪ੍ਰੈਸ਼ਰਾਈਜ਼ ਹੋ ਜਾਂਦਾ ਜਦ ਵੋਟ ਪੈਂਦੀ ਹੈ, ਉਸ ਤੋਂ ਬਾਅਦ ਇਲੈਕਟ ਹੋ ਕੇ ਆਉਂਦਾ, ਕਿੰਨੇ ਪ੍ਰੈਸ਼ਰ ਝੇਲਣਾ ਪੈਂਦਾ? ਪ੍ਰੈਸ਼ਰਾਈਜ਼ ਇੱਦਾਂ ਹੁੰਦਾ ਕਿ ਇਹ ਉਹ ਢੋਲ ਹੈ ਜਿਹੜਾ ਦੂਰੋਂ ਦੇਖੋ ਤਾਂ ਬੜਾ ਸੁਹਾਵਣਾ ਲੱਗਦਾ ਪਰ ਲਾਗੇ ਜਾਓ ਤਾਂ ਕੰਨ ਬੜੇ ਦੁਖਦੇ ਆ। ਜਦੋਂ ਮੈਨੂੰ ਯਾਰ ਆਇਆ ਸੀ ਚੋਣ ਲੜੀ ਹੈ ਅਤੇ ਬੜਾ ਮੈਂ ਤਾਂ ਅਨਅਪੋਜ਼ਡ ਆ ਗਿਆ ਸੀ, ਬਟ ਇਸ ਸਾਲ ਜਦੋਂ ਲੜੀ ਆਪਾਂ ਜੋ ਵੀ ਸਾਰਾ ਕਰਨਾ ਪੈਂਦਾ, ਕਿਉਂਕਿ ਤੁਹਾਡੇ ਕੋਲ ਇੱਕ ਇੱਕ ਕਲਾਸ ਦਾ ਡੇਟਾ ਬਣਾਉਣਾ ਪੈਂਦਾ, ਉਸ ਤੋਂ ਬਾਅਦ ਇੱਕ ਇੱਕ ਕਲਾਸ 'ਤੇ ਤੁਸੀਂ ਜਾ ਕੇ 1-to-1 ਬੱਚਿਆਂ ਦੇ ਨਾਲ ਡੀਲ ਕਰਦੇ ਹੋ, ਉਹਨਾਂ ਨਾਲ ਡੀਲ ਕਰਨਾ, ਉਹਨਾਂ ਨਾਲ ਬੈਠਣਾ, ਉਹ ਸਾਰਾ ਜਿਹੜਾ ਸਾਡਾ ਰੇਡੀ ਹੁੰਦੀ ਸਟ੍ਰੈਟੇਜੀਜ਼ ਬਣਾਉਣੀਆਂ ਉਹ ਬਹੁਤ ਵਾਇੰਡ ਅਪ ਕਰ ਦਿੰਦੀ ਮਾਇੰਡ ਨੂੰ। ਕਿਉਂ? ਕਿਉਂਕਿ ਇੱਕ ਪਾਸੇ ਤੁਸੀਂ ਆਪਣੀ ਸਟੱਡੀਜ਼ ਨੂੰ ਵੀ ਮੈਨੇਜ ਕਰ ਰਹੇ ਹੋ, ਇੱਕ ਪਾਸੇ ਤੁਸੀਂ ਆਪਣੇ ਦੋਸਤਾਂ ਨੂੰ ਵੀ ਮੈਨੇਜ ਕਰ ਰਹੇ ਹੋ। ਸੋ ਇਹ ਬੜਾ ਇੱਕ ਡਿਫੀਕਲਟ ਕੰਮ ਕਹਿ ਸਕਦੇ ਹੋ ਤੁਸੀਂ, ਕਿ ਹਰ ਤਰ੍ਹਾਂ ਤੋਂ ਇੱਦਾਂ ਹੁੰਦਾ ਕਿ ਯਾਰ ਬਸ, ਬਟ ਲੇਕਿਨ ਫਿਰ ਅੰਦਰ ਇੱਕ ਚਾਹ ਹੁੰਦੀ ਹੈ ਕਿ ਨਹੀਂ ਇਹਦਾ ਰਿਜ਼ਲਟ ਬਹੁਤ ਮਿੱਠਾ ਆਏਗਾ, ਉਹ ਚਾਹ ਲੈ ਕੇ ਕੰਮ ਕਰੀਦਾ। ਸਟੂਡੈਂਟਸ ਦੀ ਉਮੀਦਾਂ 'ਤੇ ਖਰੇ ਉਤਰਨਾ ਹੀ ਇੱਕ ਜਿਹੜਾ ਤੁਹਾਡੇ ਰਾਜਨੀਤਿਕ ਕਾਲਜ ਰਾਜਨੀਤੀ ਹੈ ਉਹਦਾ ਇੱਕ ਮੁੱਖ ਪਾਤਰ ਜਿਹੜਾ ਤੁਸੀਂ ਨਿਭਾਉਂਦੇ ਹੋ। ਗੱਲ ਕਰੀਏ ਅਵੇਅਰਨੈਸ ਦੀ, ਪੂਰੇ ਸਾਲ ਤੁਸੀਂ CC ਰਹੇ, ਤੁਸੀਂ ਆਪਣੇ ਕਾਲਜ ਦੇ ਕਾਫੀ ਕੰਮ ਕੀਤੇ ਹੋਣਗੇ, ਕਾਫੀ ਅਚੀਵਮੈਂਟਸ ਹੋਣਗੀਆਂ, ਉਹਨਾਂ ਬਾਰੇ ਤੁਸੀਂ ਸੋਸ਼ਲ ਮੀਡੀਆ 'ਚ ਵੀ ਪਾਉਂਦੇ ਰਹਿੰਦੇ ਹੋ, ਕਿਸ ਤਰੀਕੇ ਦੀ ਅਚੀਵਮੈਂਟਸ ਰਹੀਆਂ ਯੂਨੀਵਰਸਿਟੀ ਤੋਂ, ਕਿਹੜੀ ਸਹੂਲਤਾਂ ਤੁਸੀਂ ਕਾਲਜ ਦੇ ਬੱਚਿਆਂ ਨੂੰ ਲੈ ਕੇ ਦਿੱਤੀਆਂ? ਜੀ, ਸਭ ਤੋਂ ਪਹਿਲਾਂ ਜਿਹੜਾ ਮੇਨ, ਜਦੋਂ ਮੈਂ CC ਚੁਣਿਆ, ਮੈਨੂੰ ਪਹਿਲੇ ਤਾਂ ਮੈਂ ਪੂਰਾ ਡੂਸੂ ਕੰਸਟੀਟਿਊਸ਼ਨ ਪੜ੍ਹਿਆ ਕਿ ਮੈਂ ਕਰ ਕੀ ਸਕਦਾ, ਕਿਉਂਕਿ ਆਪਣੀ ਪਾਵਰ ਦਾ ਹੀ ਨਹੀਂ ਪਤਾ ਹੁੰਦਾ ਜਦੋਂ ਅਸੀਂ ਇਲੈਕਟ ਹੋ ਕੇ ਆਉਂਦੇ ਹਾਂ। ਫਿਰ ਜਦੋਂ ਪਤਾ ਲੱਗਾ, ਅੱਛਾ ਮੈਂ ਇਹ ਵੀ ਕਰ ਸਕਦਾ, ਮੈਂ ਇਹ ਵੀ ਕਰ ਸਕਦਾ, ਫਿਰ ਸਾਨੂੰ
प्रिंसीपल साहबान साढ़े प्रिंसीपल सर ने बहुत सानू सपोर्ट किया, डॉक्टर जे बी सिंह जी ने बड़ा बड़ा उन्होंने सानू जिदा असं उन्होंने क्या सर सानू इस चीज़ की जरूरत है सानू उस चीज़ की जरूरत है, उन्होंने हर जगह साढ़े ना मोडे ना मोडा ला के खड़े। पहला काम असी गर्ल्स लिए सैनेटरी नैपकिन वेंडिंग मशीन जो कि एक परमात्मा वालों औरतों जो भी है वो लिए असी अगर एज अ गाय मैं सोचा कि यार अगर मैं कुछ कर पाव पैडमैन मूवी आई सी उस तो इंस्पायर होए असी उस मूवी तो इंस्पायर होकर असी सैनेटरी नैपकिन वेंडिंग मशीन लगाई। प्लस दिल्ली यूनीवर्सिटी के असी पहले कॉलेज हाँ श्री गुरु गोबिंद सिंह कॉलेज ऑफ कॉमर्स जिन्होंने खालसा एड लिए डोनेशन इकट्ठिया कीतिया, एक बार नहीं दो बार कीतिया असी डोनेशन इकट्ठिया। पहले असी सीरिया रिफ्यूजीज होए उन्होंने असी 39,000 का कैश अमाउंट करके दिता, उस तो बाद ऐतकी जो केरला के जो होया फ्लड्स आए हैं वो असी 79,000 प्लस इन काइंड डोनेशन जी साडे कॉलेज के स्टूडेंट्स ने दी हैं। ये काम बतौर असी वन टू वन स्टूडेंट के नाल कनैक्ट रखना, उन्होंने किसी की दिक्कत है किसी का यूनीवर्सिटी का काम अड़ गए किसी के यूनीवर्सिटी केस पेंडिंग से उन्होंने केस सॉल्व कराए, इस तरह के काम असी अपने कॉलेजों के कराए। तो मनदीप सिंह होर की करते हैं होर अगे जी विजन है वो यह तुम देख रहे हो दिल्ली के पोल्यूशन लैवल बहुत वध रहा है तो असं उन्हें एक नवा प्रपोजल लैके आवेंगे अपने प्रिंसिपल सर को कि ये उत्ते असी काम कर सकी है असी एयर प्यूरीफायरस अपने कॉलेज के होर जी छोटी छोटी दिक्कत है जिमें कि सिग्नल बूस्टर्स ए सब छोटे छोटे काम के असं चाहते हैं कि हर स्टडीज़ के साडा कॉलेज नंबर वन है तो असं इस तरह भी नंबर वन बना के रहेंगे कॉलेज। इतने गल रही कि कॉलेज पॉलिटिक्स की लेकिन जो थोड़ी रुझान वेख्या जाए थोड़ी रुचि वेखी जाए तो वैसे भी पॉलिटिक्स वाल राजनीति वाल ज़्यादा है तो अगे आने वाले 10 साल मनदीप सिंह का की फ्यूचरिस्टिक अप्रोच रहे। देखो जी राजनीति ना हमेशा अनप्रडिक्टेबल है, आखिरी मूमेंट तक तुसी डिसाइड नहीं कर सकते की हो सकता। किसी ने सोचा सी एल के अडवाणी के होंदे हुए नरेंद्र मोदी वर्गा प्रधानमंत्री अगे आ जाएगा, अटल बिहारी वाजपेयी भी अपने आप च एक हवा सीगी, उन्हां तो बाद सीधी जी नजायज जी गल सी नंबर बनता सी एल के अडवाणी का बट नंबर किदा आया। सो राजनीति च तुसी प्रेडिक्ट नहीं कर सकते कि पता अज तुसी मेरा इत्थे इंटरव्यू लै रहे हो कल नूं आज तक वाले लै रहे होणगे। सो असीं प्रेडिक्ट नहीं कर सकते कभी भी ना कि पॉलिटिक्स किस लैवल तक असीं की किन्नी हाइप च जा सकते हैं किन्ने डाउन जा सकते हैं। लेकिन अगर तेरे प्रोफेशनली गल करिए तुहाडी पर्सनली फ्यूचरिस्टिक अप्रोच कित्थों तक जाएगी कि करना की चाहते हो लाइफ? मेरा जो पर्सनली है मैं ब्यूरोक्रेट बनना चाहना क्योंकि पॉलिटिक्स के नाल नाल ब्यूरोक्रेट्स ही है जिहड़े साडे देश नूं चलांदे है, कुछ सिस्टम इदां दे है जिन्हां नूं रिवाइव करन दी बहुत जरूरत है, उस सिस्टम नूं रिवाइव करके जदों बैटर कर सकीए इस चीज़ का एम है, ब्यूरोक्रेट बनने का बहुत मैनू है, मैं उहदे लई प्रिपेयर भी कर रहा। मनदीप गल करिए समाजिक कार्यों की, तुसी काफ़ी अगे रहिंदे हो समाजिक कार्य करन, सोशल कॉज वास्ते बहुत काम करदे हो, किहो किहो जे समाजिक कार्य ने जी? आपां मैं खालसा एड दे नाल भी जुड़िया होया ते खालसा एड दे नाल नाल असी मैं रोटरी क्लब अपने कॉलेज तो रोटरी क्लब का मैंबर हाँ, उस दे विच साडे कई प्रोजेक्ट्स हुंदे आ, असी हर हफ्ते कदी किसी ब्लाइंड स्कूल्स च जाने हां साडे कॉलेज की टीम वल्लों, फिर असी ब्लाइंड स्कूल के नाल नाल ओल्ड एज होम विजिट करते हैं, नाल असी ब्लड डोनेशन कैंप लगाए बथेरे, हर बार साडे ब्लड डोनेशन कैंप ते मोर दैन 250 यूनिट्स असी जिहड़ी प्रोवाइड कराने रोटरी ब्लड ब्लड बैंक नूं। उस तो अलावा साडे को जिहड़ा अपना इहदा तुहाडा रोटरैक दे विच ही साडा एक प्रोजेक्ट है बहुत मेगा प्रोजेक्ट जिहनूं असी कहिंदे आ संकल्प, जिथे कि एक झुग्गी दे विच जाके क्लस्टर एरिए च जाके उत्थे एक सेंटर बनाया गया लिटरेसी सेंटर, उहनूं असी कहिंदे आ संकल्प लिटरेसी सेंटर, कि असी संकल्प लिया वो तो साडा मोटो ही है कि फ्रॉम थम टू सिग्नेचर, कि अंगूठा लाने तो सिग्नेचर तक उत्थे पढ़ाया भी जाता है बजुर्गों, प्लस लिटरेसी सेंटर है उत्थे कंप्यूटर्स लगाए गए हैं और मात्र उत्थे बजुर्ग भी आते हैं सीखन, उत्थे यंग जिहड़े स्टूडेंट्स ने वो भी आते हैं कि उन्होंने होर असी एजुकेट कर सके, क्योंकि पढ़ाई एक ऐसा हथियार है, पेन एक ऐसा हथियार है जिहड़ी वड्डी वड्डी गन्स नूं भी मात दिंदा है। सो ये फोकस है साडा। किस तरीके का महसूस होंदा है योजे काम करके, किस एक अजब जी खुशी जड़ी है एहसास जड़ा किस तरीके का रहिंदा है जी? देखो अगर साडे गुरुआं ने अगर असी पहली पातशाही की गल करिए पहली पातशाही तो लैके सानू दसम पिता तक गुड़ती च मिलया, मनुखता की सेवा सानू गुड़ती तो मिली है, भाई कन्हैया का इतिहास सानू सिखांदा ना को बैरी ना बेगाना, कोई बैरी नहीं कोई बेगाना नहीं, सानू ये मनुखता की सेवा जिहड़ी है साडे गुरुआं तो इंसिस्ट होकर साडे अंदर कि साडी सिक्खी कौम के अंदर सानू दित्तियां गईयां ये गुड़ती च है, तो उस चीज़ में जो करीदा ना तो माण महसूस होंदा हाँ कि मैं सिख हाँ, सिख का काम ही है सीखना, तो रोज़ एक नवी चीज़ सीखने मिलती है और एक जो मैंटल पीस जिन्हों कहते हैं ना वो मिलता है कि हाँ यार चल अच कुछ किया लाइफ चाहे कुछ करके जावे, ये अंदरों फील हों कि हाँ
ਚਲੋ ਕਿਸੇ ਦਾ ਭਲਾ ਹੀ ਕਰ ਜਾਈਏ ਅਗਰ ਆਏ ਹਾਂ ਤਾਂ। ਬਹੁਤ ਨੇਕ ਸੋਚ ਰੱਖਦੇ ਹੋ ਤੁਸੀਂ, ਲੇਕਿਨ ਜੇਕਰ ਗੱਲ ਕਰੀਏ ਅੱਜ ਦੇ ਯੂਥ ਦੀ, ਮੈਂ ਸਿੱਖ ਯੂਥ ਦੀ ਗੱਲ ਨਹੀਂ ਕਰਾਂਗੀ, ਅੱਜ ਦੇ ਯੂਥ ਦੀ ਗੱਲ ਕਰੀਏ ਤਾਂ ਨਸ਼ਿਆਂ ਵੱਲ ਜਿਹੜੇ ਵੱਧ ਰਹੇ ਆ, ਦਿੱਲੀ 'ਚ ਵੀ ਕਾਫੀ ਡਰੱਗਸ ਲੈ ਲਓ ਨਸ਼ੇਖੋਰੀ ਵੱਧ ਰਹੀ ਹੈ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਇਸ ਚੀਜ਼ ਨੂੰ ਨਾ ਬੜਾ ਬਰੀਕੀ ਨਾਲ ਸੋਚਣਾ ਪਏਗਾ। ਹੁਣ ਕੋਈ ਜੜ ਹੈ, ਕੋਈ ਰੁੱਖ ਹੈ, ਉਹਦੀ ਜੜ੍ਹਾਂ 'ਚ ਪਾਣੀ ਦਾਂਗੇ ਨਾ ਤਾਂ ਉਹ ਰੁੱਖ ਸੜੂਗਾ। ਅਸੀਂ ਕੀ ਕਰਦੇ ਹਾਂ, ਰੁੱਖ ਦੇ ਫਲ ਲਾ ਲਈਏ, ਅਸੀਂ ਰੁੱਖ ਦੀਆਂ ਟਾਹਣੀਆਂ ਵੱਢ ਦਈਏ, ਉਹ ਖਤਮ ਨਹੀਂ ਹੋਣ ਵਾਲਾ। ਅਗਰ ਤੁਸੀਂ ਜਿਵੇਂ ਹੁਣ ਨਸ਼ਿਆਂ ਦੀ ਗੱਲ ਕੀਤੀ ਹੈ, ਨਸ਼ਾ ਇੱਕ ਅੱਜ ਦੀ ਡੇਟ 'ਚ ਐਸਾ ਮੁੱਦਾ ਬਣ ਗਿਆ ਜਿਹੜਾ ਹਰ ਯੂਥ ਨੂੰ, ਸਿੱਖ ਯੂਥ ਦੀ ਇਕੱਲੇ ਗੱਲ ਨਹੀਂ ਹੋ ਰਹੀ, ਸਾਰੇ ਯੂਥ ਨੂੰ, ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਿਮ ਹੈ ਚਾਹੇ ਜਿਹੜਾ ਵੀ ਵੀਰ ਹੈ ਮੇਰਾ, ਉਹਨਾਂ ਨੂੰ ਘੇਰ ਰਿਹਾ। ਕਿਉਂ? ਕਿਉਂਕਿ ਸਾਡਾ ਨੌਜਵਾਨ ਜਿਹੜਾ ਉਹ ਇਸ ਤੋਂ ਅਟਰੈਕਟ ਹੋ ਰਿਹਾ, ਉਹਨਾਂ ਨੂੰ ਲੱਗਦਾ ਇਹ ਕਰਨਾ ਸਾਡੇ ਲਈ ਬਹੁਤ ਬੜੀ ਬੜੀ ਦਲੇਰੀ ਦੀ ਗੱਲ ਹੈ। ਨਹੀਂ, ਇਹ ਦਲੇਰੀ ਦੀ ਗੱਲ ਨਹੀਂ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹੁੰਦੇ ਸੀ ਕਿ ਜੇ ਮੈਨੂੰ ਕੋਈ ਕਹੇ ਕਿ 13 ਬਜ਼ੁਰਗ ਲੈ ਲਾ ਜਾਂ ਇੱਕ ਯੂਥ ਲੈ ਲਾ, ਮੈਂ ਇੱਕ ਯੂਥ ਲਊਂਗਾ, ਕਿਉਂਕਿ ਇੱਕ ਯੂਥ 13 ਬਜ਼ੁਰਗਾਂ ਦੇ ਬਰਾਬਰ ਹੈ, ਦਿਮਾਗ ਵਾਈਜ਼ ਵੀ ਫਿਜ਼ੀਕਲੀ ਵੀ। ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਨਸ਼ਿਆਂ ਦੇ ਵਿੱਚ ਵੜ ਰਹੇ ਹਾਂ, ਕਿਉਂ? ਐਸੀ ਕਿਹੜੀ ਚੀਜ਼ ਹੈ, ਉਸ ਚੀਜ਼ 'ਤੇ ਸਟੱਡੀ ਕੀਤੀ ਜਾਏ, ਉਸ ਚੀਜ਼ ਨੂੰ ਰੋਕਿਆ ਜਾਏ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ, ਕੀ ਉਹਦੀ ਲਾਈਫ ਦੇ ਵਿੱਚ ਕਮੀ ਹੈ ਜਿਹਨੂੰ ਅਸੀਂ ਫੁਲਫਿਲ ਕਰਕੇ ਉਹਨੂੰ ਨਸ਼ਿਆਂ ਤੋਂ ਹਟਾ ਸਕਦੇ ਹਾਂ। ਗੱਲ ਤਾਂ ਕਰੀਏ ਆਪਣੇ ਯੂਥ ਦੀ, ਅਗਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ 'ਚ ਬਹੁਤ ਪ੍ਰਭਾਵੀ ਹੁੰਦਾ ਜਾ ਰਿਹਾ, ਭਾਵੇਂ ਫੇਸਬੁੱਕ ਹੋਵੇ, ਟਵਿੱਟਰ ਹੋਵੇ, ਇੰਸਟਾਗ੍ਰਾਮ ਹੋਵੇ, ਕੀ ਤੁਹਾਡਾ ਸੋਚਣਾ ਹੈ ਕਿ ਜਿੱਥੇ ਇਹਦੇ ਪੋਜ਼ਿਟਿਵ ਰਿਜ਼ਲਟਸ ਹੈ ਕਿ ਉਹਦੇ ਨੈਗੇਟਿਵ ਵੀ ਰਿਜ਼ਲਟਸ ਸਾਡੇ ਸਾਹਮਣੇ ਆ ਰਹੇ? ਸੋਸ਼ਲ ਮੀਡੀਆ ਨਾ ਇੱਕ ਦੋ ਧਾਰੀ ਤਲਵਾਰ ਹੈ, ਕਿ ਉਹਦਾ ਪੋਜ਼ਿਟਿਵ ਵੀ ਅਗਰ ਹੈ ਤਾਂ ਪੋਜ਼ਿਟਿਵ ਵੀ ਬਹੁਤ ਹੈ, ਨੈਗੇਟਿਵ ਹੈ ਤਾਂ ਉਹਦੀ ਨੈਗੇਟਿਵ ਵੀ ਬਹੁਤ ਹੈ। ਕਿਉਂ? ਕਿਉਂਕਿ ਕੁਛ ਵੀ ਜਿਸਦਾ ਕੋਈ ਸਿਰ ਪੈਰ ਨਾ ਹੋਏ, ਜਿਸਦੀ ਕੋਈ ਰੈਲੀਵੈਂਸ ਨਾ ਹੋਏ, ਕੋਈ ਐਗਜ਼ਿਸਟੈਂਸ ਨਾ ਹੋਏ, ਕੋਈ ਉਹਦੀ ਅਗਰ ਉਹਦੇ ਤੱਤ ਨਾ ਚੈੱਕ ਕੀਤੇ ਹੋਣ, ਉਹ ਵੀ ਚੀਜ਼ਾਂ ਕਈ ਵਾਰ ਸੱਚ ਮੰਨੀਆਂ ਜਾਂਦੀਆਂ ਸੋਸ਼ਲ ਮੀਡੀਆ ਦੇ ਥਰੂ। ਔਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਹੀ ਇਸ ਚੀਜ਼ ਦੇ ਲਈ ਵੀ ਜ਼ਿੰਮੇਦਾਰ ਹੈ, ਜੋ ਕੌਮ ਦੇ ਵਿੱਚ ਅਗਰ ਅਸੀਂ ਅੱਜ ਕਹੀਏ ਕਿ ਦੋ ਫਾੜ ਹੋ ਰਹੇ ਜਾਂ ਕਿਸੇ ਵੀ ਚੀਜ਼ ਨੂੰ ਵੰਡ ਪੈ ਰਹੀ ਹੈ, ਸੋਸ਼ਲ ਮੀਡੀਆ ਬਹੁਤ ਇੰਪੋਰਟੈਂਟ ਉਹ 'ਚ ਪਲੇ ਕਰਦਾ ਰੋਲ। ਸੋਸ਼ਲ ਮੀਡੀਆ ਨੂੰ ਯੂਜ਼ ਕਰਨ ਵਾਲਾ ਬੰਦਾ ਜਿਹੜਾ ਉਹ 'ਤੇ ਡਿਪੈਂਡ ਕਰਦਾ ਕਿ ਉਹਦੀ ਮਾਨਸਿਕਤਾ ਕੀ ਹੈ, ਉਹ ਸੋਸ਼ਲ ਮੀਡੀਆ ਨੂੰ ਕਿਸ ਵੇ ਨਾਲ ਯੂਜ਼ ਕਰ ਰਿਹਾ। ਅੱਜ ਹਰ ਕੋਈ ਉੱਠ ਕੇ ਲਾਈਵ ਕਰ ਛੱਡਦਾ, ਹਰ ਕੋਈ ਉੱਠ ਕੇ ਕਿਸੇ ਨਾ ਕਿਸੇ ਨੂੰ ਟੈਗ ਕਰ ਛੱਡਦਾ, ਅਤੇ ਕਿਧਰੇ ਨਾ ਕਿਧਰੇ ਜੋ ਗੁਨਾਹਗਾਰ ਨਹੀਂ ਹੁੰਦਾ ਉਹ ਵੀ ਕਿਧਰੇ ਨਾ ਕਿਧਰੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਉਹਦੇ ਬਾਰੇ ਕੀ ਤੁਹਾਡਾ ਕਹਿਣਾ? ਇਹਦੇ ਲਈ ਇੱਕੋ ਕਾਰਨ ਹੈ, ਹੁਣ ਫਰੀਡਮ ਆਫ ਸਪੀਚ, ਅਸੀਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ ਕਿ ਕੋਈ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਨਾ ਕਰੇ। ਹਾਂ, ਲਾਈਵ ਕਰੋ, ਅੱਛੀ ਗੱਲ ਹੈ, ਲਾਈਵ ਕਰਨਾ ਬਹੁਤ ਵਧੀਆ, ਤੁਸੀਂ ਆਪਣੇ ਵਿਚਾਰ ਰੱਖ ਰਹੇ ਹੋ ਲੋਕਾਂ ਨਾਲ, ਕੀ ਪਤਾ ਤੁਹਾਡੇ ਨਾਲ ਕੁਛ ਲੋਕ ਸਹਿਮਤ, ਅੱਜ ਮੈਂ ਵੀ ਇੰਟਰਵਿਊ ਦੇ ਰਿਹਾ, ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ, ਹੁਣ ਅੱਧੇ ਆ ਜਿਹੜੇ ਮੇਰੇ ਤੋਂ ਸਹਿਮਤ ਹੋਣਗੇ, ਅੱਧੇ ਜਿਹੜੇ ਨਹੀਂ ਸਹਿਮਤ ਹੋਣਗੇ। ਇਹ ਆਪਾਂ ਇੱਕ ਪਲੇਟਫਾਰਮ ਹੈ, ਅਸੀਂ ਵਿਚਾਰ ਰੱਖ ਰਹੇ ਹਾਂ, ਆਪਣੇ ਵਿਚਾਰ ਰੱਖਣੇ ਚਾਹੀਦੇ, ਬਟ ਬੀ ਫੈਕਟਫੁੱਲ, ਬੀ ਲੋਜੀਕਲ। ਤੁਹਾਡੀ ਗੱਲ 'ਚ ਲੋਜਿਕ ਹੋਣਾ ਚਾਹੀਦਾ, ਤੁਹਾਡੀ ਗੱਲ ਦੇ ਪਿੱਛੇ ਕਾਰਨ ਹੋਣਾ ਚਾਹੀਦਾ, ਕਿਉਂ, ਕਿਵੇਂ ਅਤੇ ਕਿੱਥੇ। ਜਦੋਂ ਉਹ ਲੋਜਿਕਸ ਕਲੀਅਰ ਹੋਣਗੇ ਤੁਹਾਨੂੰ ਲੋਕ ਵੀ ਸੁਣਨਗੇ, ਕਿਉਂਕਿ ਮੈਂ ਦੱਸਿਆ ਲੋਕ ਬੜੇ ਇੰਟੈਲੀਜੈਂਟ ਹੁੰਦੇ, ਪਬਲਿਕ ਬਹੁਤ ਇੰਟੈਲੀਜੈਂਟ ਹੈ, ਯੂਥ ਬਹੁਤ ਇੰਟੈਲੀਜੈਂਟ ਹੈ। ਉਹ ਕਹਿੰਦੇ ਸਾਡੇ ਨਾਲ ਫੈਕਟਸ ਨਾਲ ਗੱਲ ਕਰੋ, ਅੱਜ ਕੱਲ੍ਹ ਤਾਂ ਵੈਸੇ ਸਾਇੰਸ ਦਾ ਯੁੱਗ ਹੈ, ਉਹਨਾਂ ਨੂੰ ਕੁਛ ਕਹਿ ਦਿਓ, ਕਹਿੰਦੇ ਅੱਛਾ ਲਾ ਪਰੂਫ ਦੇ, ਇਹ ਪਰੂਫ ਦੇ ਤੌਰ 'ਤੇ ਇੱਕ ਤਰ੍ਹਾਂ। ਸੋਸ਼ਲ ਮੀਡੀਆ ਨੂੰ ਯੂਜ਼ ਕਰਨ 'ਤੇ ਡਿਪੈਂਡ ਹੈ ਮਾਨਸਿਕਤਾ, ਕਿ ਉਹਦੀ ਮਾਨਸਿਕਤਾ ਕਿ ਉਹ ਕਿਸ ਵੇ ਨਾਲ ਉਹਨੂੰ ਯੂਜ਼ ਕਰਨਾ ਚਾਹ ਰਿਹਾ। ਤੁਸੀਂ ਖੁਦ ਵੀ ਕਾਫੀ ਪਹਿਲ ਕੀਤੀ ਸੀ ਦਿੱਲੀ 'ਚ, ਉਹਦੇ ਬਾਰੇ ਸਾਨੂੰ ਦੱਸੋ ਕੀ ਮੁਹਿੰਮ ਸੀ? ਹੁੱਕਾ ਤੁਸੀਂ ਅੱਜ ਕੱਲ੍ਹ ਦੇਖਿਆ ਹੋਇਆ, ਹੁੱਕੇ ਦਾ ਬੜਾ ਟ੍ਰੈਂਡ ਜਿਹਾ ਚੱਲਿਆ ਹੋਇਆ। ਮੈਂ ਦੱਸਿਆ ਨਾ ਜਿਸ ਤਰ੍ਹਾਂ ਯੂਥ ਦੇ ਵਿੱਚ ਬੜੀ ਇਸ ਨੂੰ ਲੈ ਕੇ ਉਹ ਹੈ ਕਿ ਹੁੱਕਾ ਯਾਰ ਉਹ ਨਸ਼ਾ ਨਹੀਂ ਹੁੰਦਾ, ਸਭ ਦੀ ਇੱਕ ਸੋਚ ਹੈ ਹੁੱਕਾ ਇੱਕ ਨਸ਼ਾ ਨਹੀਂ ਹੈ। ਜਿਹੜੀ ਵੀ ਚੀਜ਼ ਤੁਹਾਨੂੰ ਆਦੀ ਕਰਦੀ ਹੈ, ਅਸੀਂ ਕਹਾਂਗੇ ਮੋਬਾਈਲ ਵੀ ਇੱਕ ਨਸ਼ਾ, ਸਾਡਾ ਸੋਸ਼ਲ ਨੈਟਵਰਕ ਵੀ ਇੱਕ ਨਸ਼ਾ ਹੈ। ਕਿਉਂ? ਕਿਉਂਕਿ ਅਸੀਂ ਜਿਸ ਵੀ ਚੀਜ਼ ਦੇ ਆਦੀ ਹੁੰਦੇ ਹਾਂ ਉਹ ਨਸ਼ਾ। ਹੁੱਕਾ ਪਾਰਲਰਸ ਦਾ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀ, ਜਗ੍ਹਾ ਜਗ੍ਹਾ ਤੁਸੀਂ ਦੇਖਿਆ ਸੀ ਕੋਮਨ ਹੋ ਗਿਆ ਸੀ ਹੁੱਕਾ, ਜਿਉਂ ਕਹਿੰਦੇ ਨਾ ਦਵਾਈਆਂ ਨਾਲੋਂ ਵੀ ਆਮ ਵਿਕਦਾ ਸੀ ਹੁੱਕਾ, ਕਿ ਕਿਤੋਂ ਵੀ ਜਾ ਕੇ ਫਲੇਵਰ ਮਿਲ ਜਾਣਾ, ਜੋ ਵੀ ਮਿਲ ਜਾਣਾ। ਉਸ ਚੀਜ਼ ਨੂੰ ਠੱਲ ਪਾਈ ਸੀ ਅਸੀਂ ਬਤੌਰ ਸਾਡੀ ਟੀਮ ਅਕਾਲੀ ਦਲ ਸਾਰੇ, ਅਸੀਂ ਸਾਰੇ ਉੱਥੇ ਜਾ ਕੇ ਆਪਣਾ ਹੁੱਕਾ ਬਾਰਸ ਦੇ ਵਿੱਚ ਜਾ ਕੇ, ਰਜੋਲੀ ਗਾਰਡਨ ਦੇ ਹੁੱਕਾ ਬਾਰਸ ਜਾ ਕੇ ਉਹਨਾਂ ਨੂੰ ਕਲੀਅਰ ਕਿਹਾ ਗਿਆ ਸੀ ਕਿ ਤੁਸੀਂ ਇਹ ਸਿੱਖ ਯੂਥ ਨੂੰ ਸਰਵ ਨਹੀਂ ਕਰਨਾ। ਹਿੰਦੂ ਵੀਰਾਂ ਨੂੰ ਵੀ ਅਸੀਂ ਅਵੇਅਰ ਕੀਤਾ ਕਿ ਸਿਗਰਟ ਜੇ 30 ਸਿਗਰਟ ਦੇ ਬਰਾਬਰ ਹੈ ਅੱਧਾ ਘੰਟਾ ਹੁੱਕੇ ਦਾ ਪਫ, ਔਰ ਕੈਂਸਰ ਜਨਰੇਟਿਡ ਹੈ, ਤੁਸੀਂ ਆਪਣੀ ਲਾਈਫ ਨੂੰ ਖੁਦ ਹੀ ਖਤਮ ਕਰ ਰਹੇ ਹੋ, ਇਹ ਬਹੁਤ ਗਲਤ ਹੈ। ਇਸ ਚੀਜ਼ ਦੇ ਵਿਰੁੱਧ ਅਸੀਂ ਆਵਾਜ਼ ਚੁੱਕੀ ਸੀ। ਗੱਲ ਕਰੀਏ ਕਿ ਅੱਗੇ ਜਾ ਕੇ, ਅਗਰ ਹੁਣ ਦੀ ਗੱਲ ਕਰੀਏ ਕਿ ਮਾਂ ਬੋਲੀ ਪੰਜਾਬੀ ਅੱਜ ਅਸੀਂ ਵਿਸਰਦੇ ਜਾ ਰਹੇ ਹਾਂ, ਸਾਡੇ ਬੱਚੇ ਪੰਜਾਬੀ ਨਹੀਂ ਬੋਲਦੇ। ਹਾਂ, ਹੋਰ ਭਾਸ਼ਾਵਾਂ ਸਿੱਖਣੀਆਂ ਵੀ ਚਾਹੀਦੀਆਂ, ਬੋਲਣੀਆਂ ਵੀ ਚਾਹੀਦੀਆਂ, ਲੇਕਿਨ ਜੇਕਰ ਸੋਚ ਬੋਲੇ ਤਾਂ ਆਪਣੀ ਮਾਂ ਬੋਲੀ ਪੰਜਾਬੀ, ਆਪਣੇ ਗ੍ਰਾਸ ਰੂਟ ਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡਾ ਉਸ ਬਾਰੇ ਕੀ ਵਿਚਾਰ ਹੈ ਕਿ ਆਖਿਰਕਾਰ ਜ਼ਿੰਮੇਦਾਰ ਕੌਣ ਹੈ ਸਾਡੀ ਪੰਜਾਬੀ ਨਾ ਬੋਲਣ ਦਾ? ਸਾਡੀ
ਜ਼ਿੰਮੇਦਾਰ ਅਗਰ ਅਸੀਂ ਦੇਖੋ ਇੱਦਾਂ ਕਿਸੇ ਦੇ ਜ਼ਿੰਮੇ ਲਾ ਨਹੀਂ ਸਕਦੇ, ਪਰ ਮਾਵਾਂ ਨਾ ਬੱਚੇ ਦੇ ਲਾਈਫ ਦੇ ਵਿੱਚ ਬਹੁਤ ਵੱਡਾ ਇੰਪੋਰਟੈਂਟ ਰੋਲ ਅਦਾ ਕਰਦੀਆਂ। ਮਾਤਾ ਜਿਉਣੀ, ਬਾਬਾ ਦੀਪ ਸਿੰਘ ਜੀ ਦੀ ਮਾਤਾ ਜੀ, ਉਹਨਾਂ ਨੂੰ ਗੋਦੀ 'ਚ ਬਿਠਾ ਕੇ ਪਾਠ ਕਰਾਇਆ ਕਰਦੇ ਸਨ, ਤਾਂ ਹੀ ਬਾਬਾ ਦੀਪ ਸਿੰਘ ਬਣਿਆ, ਜਿਹੜਾ ਆਪਣੇ ਸੀਸ ਵੀ ਅਲੱਗ ਹੋ ਗਿਆ, ਤਲੀ 'ਤੇ ਧਰ ਕੇ ਲੜਦੇ ਰਹੇ, ਕਿਉਂਕਿ ਅੰਦਰ ਬਾਣੀ ਦਾ ਰਸ ਸੀ, ਅੰਦਰ ਜਜ਼ਬਾ ਸੀ। ਇਹ ਬਾਣੀ ਗੁਰਮੁਖੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਹੈ, ਪੰਜਾਬੀ ਮਾਂ ਬੋਲੀ, ਔਰ ਅਸੀਂ ਇਸ ਤੋਂ ਵਿਸਰ ਰਹੇ ਹਾਂ। ਸਾਡੀ ਮਾਵਾਂ ਨੂੰ ਚਾਹੀਦੇ, ਅਸੀਂ ਇਹਨੂੰ ਮਾਂ ਬੋਲੀ ਕਿਉਂ ਕਹਿੰਦੇ ਹਾਂ? ਕਿਉਂਕਿ ਸਾਨੂੰ ਮਾਂ ਤੋਂ ਮਿਲਦੀ ਹੈ। ਅੱਜ ਦੀ ਡੇਟ 'ਚ ਆਪਾਂ ਸੋਚਦੇ ਹਾਂ ਅਸੀਂ ਕੋਈ ਹੋਰ ਬੋਲੀ ਬੋਲੀ, ਅਸੀਂ ਬੜੇ ਐਜੂਕੇਟਿਡ ਜਿਹੇ ਫੀਲ ਹੁੰਦੇ ਹਾਂ, ਔਰ ਆਪਾਂ ਅਗਰ ਕਿਸੇ ਗੋਰੇ ਨੂੰ ਕਹੀਏ ਤੂੰ ਪੰਜਾਬੀ 'ਚ ਬੋਲ, ਕਿ ਉਹ ਬੋਲੂਗਾ? ਉਹ ਕਹੇਗਾ ਨਹੀਂ ਨਹੀਂ, ਆਈ ਵਿਲ ਨੋਟ ਸਪੀਕ, ਆਈ ਕੈਨ ਸਪੀਕ ਇੰਗਲਿਸ਼ ਆਲਸੋ, ਮੈਂ ਹਿੰਦੀ ਵੀ ਬੋਲ ਲੈਂਦਾ ਹਾਂ, ਬਟ ਮੈਂ ਪੰਜਾਬੀ ਕਿਉਂ ਬੋਲਦਾ? ਕਿਉਂਕਿ ਮੇਰੀ ਮਾਂ ਬੋਲੀ ਹੈ, ਮੈਨੂੰ ਮੇਰੇ ਮਦਰ ਤੋਂ ਮਿਲੀ, ਮੈਂ ਆਪਣੇ ਆਪ ਨੂੰ ਰੀਪ੍ਰਜੈਂਟ ਕਿੱਦਾਂ ਕਰਨਾ? ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਕਿਸੇ ਵੀ ਤੁਸੀਂ ਧਰਮ ਜਾਂ ਕਿਸੇ ਵੀ ਕਲਚਰ ਨੂੰ ਖਤਮ ਕਰਨਾ ਹੈ, ਪਹਿਲੇ ਉਸਦੇ ਕਲਚਰ ਅਤੇ ਉਸਦੇ ਵਿਰਸੇ 'ਤੇ ਵਾਰ ਕਰੋ। ਇਹ ਵਿਰਸੇ 'ਤੇ ਵਾਰ ਹੋ ਰਿਹਾ, ਪੰਜਾਬੀ ਮਾਂ ਬੋਲੀ ਅਸੀਂ ਭੁੱਲ ਰਹੇ, ਸੋ ਉਸ ਵਿਰਸੇ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਮਾਂ ਬਹੁਤ ਇੰਪੋਰਟੈਂਟ ਰੋਲ ਕਰਦੀ, ਮੇਰੀ ਬੇਨਤੀ ਹੈ ਸਾਰੀ ਮਾਵਾਂ ਨੂੰ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਅਤੇ ਪੰਜਾਬੀ 'ਚ ਗੱਲ ਕਰੋ ਉਹਨਾਂ ਨਾਲ। ਗੱਲ ਕਰੀਏ ਪੰਜਾਬੀ 'ਚ ਗੱਲ ਕਰ, ਕਿਧਰੇ ਨਾ ਕਿਧਰੇ ਬੱਚਿਆਂ ਦੀ ਅੱਜ ਦੀ ਯੂਥ ਦੀ ਵੀ ਮਾਨਸਿਕਤਾ ਹੈ ਕਿ ਅਸੀਂ ਪੰਜਾਬੀ ਨਾ ਬੋਲੀਏ, ਸਾਨੂੰ ਉਹਨਾਂ ਨੂੰ ਇੱਕ ਅੰਬੈਰਸਮੈਂਟ ਜਿਹੜੀ ਗੱਲ ਕਰ ਲਓ ਉਹ ਫੀਲ ਹੁੰਦੀ ਹੈ। ਤੁਹਾਡੇ ਉਸ ਬਾਰੇ ਕੀ ਗੱਲ, ਕਿਉਂਕਿ ਤੁਸੀਂ ਖੁਦ ਕਾਲਜ ਦੇ ਯੂਥ 'ਚ ਯੂਨੀਅਨ 'ਚ ਰਹੇ ਹੋਏ ਹੋ ਅਤੇ ਕਾਫੀ ਤੁਹਾਨੂੰ ਵਾਹ ਪੈਂਦਾ ਹੋਏਗਾ ਕਾਫੀ ਸਟੂਡੈਂਟਸ ਨਾਲ, ਅਤੇ ਉਹ ਵੀ ਬਟ ਓਬਵੀਅਸ ਕਾਲਜ 'ਚ ਪੰਜਾਬੀ ਨਹੀਂ ਬੋਲਦੇ ਹੋਣਗੇ, ਤੁਹਾਡਾ ਕੀ ਵਿਚਾਰ ਹੈ? ਨਹੀਂ ਇਹ ਤਾਂ ਹੈ, ਵੈਸੇ ਹੈ ਵੀ ਹੈ ਨਹੀਂ ਵੀ ਹੈ, ਕਈ ਜਗ੍ਹਾ ਜਿਵੇਂ ਹੁਣ ਪੰਜਾਬੀ ਦੀ ਅਸੀਂ ਤੁਸੀਂ ਗੱਲ ਕੀਤੀ ਹੈ, ਸਕੂਲਸ ਦੇ ਵਿੱਚ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਬੜਾ ਐਮਬੈਰਿਸਡ ਫੀਲ ਹੁੰਦਾ, ਰਾਈਟ? ਕਿਉਂ ਉਹਨਾਂ ਨੂੰ ਐਮਬੈਰਿਸ ਫੀਲ ਹੁੰਦਾ? ਬੱਚਾ ਹੈ, ਬੱਚਿਆਂ ਦੇ ਬੱਚੇ ਦੀ ਸੋਚ, ਉਹਨੂੰ ਬੱਚਾ ਕਿਉਂ ਕਿਹਾ ਜਾਂਦਾ? ਕਿ ਉਹ ਬੱਚਿਆ ਹੋਇਆ ਅਜੇ, ਕਿਉਂਕਿ ਉਹਨੂੰ ਹਜੇ ਇਹ ਚੀਜ਼ਾਂ ਜੋ ਉਹਦੀ ਸੋਚ ਨਹੀਂ ਹੈ। ਇਹ ਸੋਚ ਕਿਹਨੇ ਕ੍ਰੀਏਟ ਕੀਤੀ? ਇਹ ਅਸੀਂ ਲੋਕਾਂ ਨੇ ਕੀਤੀ। ਅਸੀਂ ਆਪਣੇ ਆਪ ਨੂੰ ਸੂਝਵਾਨ ਕਹਿੰਦੇ, ਅਸੀਂ ਸਮਝਦਾਰ ਕਹਿੰਦੇ, ਅਸੀਂ ਸੋਚਦੇ ਪੰਜਾਬੀ ਬੋਲਣਾ ਨਹੀਂ, ਪੰਜਾਬੀ ਬੋਲਣ ਵਾਲਾ ਹੀ ਆਪਣੇ ਸੱਭਿਆਚਾਰ ਨੂੰ ਰੀਪ੍ਰਜੈਂਟ ਕਰ ਰਿਹਾ। ਤੁਸੀਂ ਮੇਰੇ ਕਾਲਜ ਦੀ ਗੱਲ ਕਰ ਰਹੇ ਹੋ, ਸਾਡੇ ਕਾਲਜ ਦੇ ਵਿੱਚ 50% ਮਾਈਨੋਰਟੀ ਕੋਟਾ ਹੈ, ਔਰ 50% ਸਿੱਖ ਆਉਂਦੇ ਹੈ, ਔਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਨਾਲ ਪੰਜਾਬੀ 'ਚ ਵਾਰਤਾਲਾਪ ਕਰੀਏ, ਤਾਂ ਕਿ ਉਹ ਵੀ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜੇ ਆਕਰਸ਼ਿਤ ਹੋਣ, ਔਰ ਉਹ ਵੀ ਪੰਜਾਬੀ ਵਰਤਣ ਸਾਡੇ ਨਾਲ, ਪੰਜਾਬੀ ਬੋਲਣ, ਤਾਂ ਕਿ ਸਾਡੀ ਬੋਲੀ ਦਾ ਪ੍ਰਸਾਰ ਹੋਵੇ। ਆਪਣਾ ਸੱਭਿਆਚਾਰ, ਆਪਣਾ ਵਿਰਸਾ ਅਤੇ ਆਪਣਾ ਕੌਮ ਕਮਿਊਨਿਟੀ ਜਿਹੜੀ ਆਪਣੀ ਕੌਮ ਨੂੰ ਹੋਰ ਅੱਗੇ ਵਧਾਉਣ ਵਾਸਤੇ ਮਨਦੀਪ ਸਿੰਘ ਕੀ ਕਰਨ? ਮਨਦੀਪ ਸਿੰਘ ਇਕੱਲਾ ਤਾਂ ਕੁਛ ਕਰ ਹੀ ਨਹੀਂ ਸਕਦਾ, ਝੂਠ ਕੇ ਬੋਲਾਂ ਇਸ ਗੱਲ 'ਤੇ, ਪਰ ਹਾਂ ਜਦੋਂ ਆਪਾਂ ਐਂ ਹੋ ਗਏ ਨਾ, ਇੱਕੋ ਨਿਸ਼ਾਨ ਸਾਹਿਬ ਹੇਠਾਂ ਆ ਗਏ, ਆਪਣੀ ਮਾਂ ਬੋਲੀ ਨੂੰ ਚਾਹਣ ਵਾਲੇ ਆਪਾਂ ਸਾਰੇ ਇਕੱਠੇ ਆ ਗਏ। ਹੁਣ ਪਿੱਛੇ ਇੱਕ ਪ੍ਰੋਫੈਸਰ ਸਾਹਿਬ ਸੀਗੇ, ਉਹ ਫ੍ਰੀ ਪਿੰਡਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਸਿਖਾਉਂਦੇ ਸੀ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਪਰ ਉਹਨਾਂ ਨੇ ਸਨਮਾਨਿਤ ਦਾ ਜਿਹੜਾ ਇਨਾਮ ਉਹਨਾਂ ਨੂੰ ਮਿਲਿਆ, ਉਹਨਾਂ ਨੇ ਇਨਾਮ ਲੈ ਕੇ ਵਾਪਸੀ ਡੋਨੇਟ ਕਰਤਾ ਕਿ ਤੁਸੀਂ ਮਾਂ ਬੋਲੀ ਦੇ ਪ੍ਰਸਾਰ 'ਚ ਲਾ ਦਿਉ, ਜੋ ਮੈਂ ਕੋਸ਼ਿਸ਼ ਇੱਦਾਂ ਕਰ ਰਿਹਾ ਤੁਸੀਂ ਉਹ ਮਾਂ ਬੋਲੀ 'ਚ ਕਰ ਦਿਉ। ਸੋ ਇਹ ਫੋਕਸ ਮਨਦੀਪ ਸਿੰਘ ਵੀ ਇਹੀ ਕਰੇਗਾ, ਕੋਸ਼ਿਸ਼ ਰਹੇਗੀ ਕਿ ਆਪਣੇ ਆਪ 'ਤੇ, ਕਹਿੰਦੇ ਨਾ ਗੁਰਬਾਣੀ ਕਹਿੰਦੀ ਅਵਰ ਉਪਦੇਸੇ ਆਪ ਨਾ ਕਰੇ, ਜਦ ਤੱਕ ਆਪ ਨਹੀਂ ਕਰਾਂਗਾ ਤਦ ਤੱਕ ਅਵਰ ਉਪਦੇਸ਼ ਨਾਲ ਕੋਈ ਫਾਇਦਾ ਨਹੀਂ ਕਿਸੇ ਨੂੰ ਬੋਲਣ ਦਾ। ਮੈਂ ਖੁਦ ਵੀ ਇਸੇ ਚੀਜ਼ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਆਪ ਸਭ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਆਪ ਜੀ ਸਾਰੇ ਪੰਜਾਬੀ ਬੋਲਿਆ ਕਰੋ, ਸਾਡੀ ਮਾਂ ਬੋਲੀ, ਅਸੀਂ ਆਪਣੇ ਵਿਰਸੇ ਨੂੰ ਬਚਾ ਲਈ। ਸਾਡਾ ਪ੍ਰੋਗਰਾਮ ਜਿਹੜਾ ਯੂਥ ਵੇਖ ਰਿਹਾ, ਖਾਸ ਤੌਰ 'ਤੇ ਸਿੱਖ ਯੂਥ ਵੀ ਬਹੁਤ ਇਸ ਪ੍ਰੋਗਰਾਮ ਨੂੰ ਲਾਈਕ ਕਰਦਾ, ਸਾਨੂੰ ਕਾਫੀ ਫੋਲੋਵਰਸ ਆਉਂਦੇ, ਤਦ ਹੀ ਕਰਕੇ ਅਸੀਂ ਆਪਣੇ ਸਟੂਡੀਓ 'ਚ ਇੱਕ ਇਹੋ ਜਿਹੀ ਸ਼ਖਸੀਅਤ ਬੁਲਾਉਂਦੇ ਹਾਂ ਜੋ ਸਿੱਖ ਯੂਥ ਹੋਵੇ, ਤੁਹਾਨੂੰ ਇੰਸਪਾਇਰ ਕਰ ਰਿਹਾ, ਤੁਸੀਂ ਐਜ਼ ਆ ਉਹਨਾਂ ਵਾਸਤੇ ਸਿੱਖ ਰੋਲ ਮਾਡਲ ਹੋ, ਉਹਨਾਂ ਨੂੰ ਕੀ ਇਹੋ ਜਿਹਾ ਸੰਦੇਸ਼ ਦੇਣਾ ਚਾਹੋਗੇ? ਕਿਉਂਕਿ ਅੱਜ ਮੀਡੀਆ ਦੀ ਦੁਨੀਆ ਹੋਵੇ, ਭਾਵੇਂ ਇੰਜੀਨੀਅਰਿੰਗ ਹੋਵੇ, ਡਾਕਟਰੀ ਹੋਵੇ, ਹਰ ਖੇਤਰ 'ਚ ਸਾਡਾ ਸਿੱਖ ਯੂਥ ਵੱਧ ਰਿਹਾ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰੀ ਸਭ ਨੂੰ ਇੱਕ ਰਿਕੁਐਸਟ ਹੈ, ਜਿੰਨਾ ਸਾਡੇ ਸਾਰੇ ਯੂਥ ਹੈ, ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਾਨੂੰ ਰਾਜ ਧਰਮ ਸਿਖਾਇਆ, ਅਸੀਂ ਉਸ 'ਤੇ ਪਹਿਰਾ ਦਈਏ, ਕਿਰਤ ਕਰੀਏ, ਵੰਡ ਛਕੀਏ, ਨਾਮ ਜਪੀਏ। ਕਿਉਂ? ਜਦੋਂ ਅਸੀਂ ਪੋਜ਼ਿਟਿਵ ਹੋਵਾਂਗੇ ਨਾ, ਉਦੋਂ ਅਸੀਂ ਹੋਰ ਪੋਜ਼ਿਟਿਵਿਟੀ ਨਾਲ ਕੰਮ ਕਰ ਸਕਾਂਗੇ। ਬਾਣੀ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਵੈਨ ਯੂ ਸੇ ਨੈਗੇਟਿਵ ਯੂ ਬਿਕਮ ਨੈਗੇਟਿਵ। ਆਪਾਂ ਪੋਜ਼ਿਟਿਵਿਟੀ 'ਤੇ ਚੱਲੀਏ, ਆਪਣੇ ਗੁਰੂਆਂ ਦੇ ਦਿਖਾਏ ਰਸਤਿਆਂ 'ਤੇ ਚੱਲੀਏ। ਮੇਰੀ ਸਿੱਖੀ ਉਦੋਂ ਇਹ ਬੇਨਤੀ, ਜਿੰਨੇ ਮਰਜ਼ੀ ਉੱਚੇ ਲੈਵਲ 'ਤੇ ਪਹੁੰਚ ਜਾਓ, ਪਰ ਆਪਣੀ ਰੂਟਸ ਨਾ ਛੱਡਿਓ, ਹੋਰ ਸਾਡੀ ਰੂਟਸ 'ਚ ਸਾਡਾ ਵਿਰਸਾ, ਸਾਡਾ ਕਲਚਰ, ਸਾਡੀ ਮਾਂ ਬੋਲੀ। ਨਾਲੇ ਮੈਂ ਫਤਿਹ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਤ ਹੀ ਇੱਕ ਅੱਛਾ ਯੂਥ ਨੂੰ ਇੱਕ ਪਲੇਟਫਾਰਮ ਦਿੱਤਾ, ਸਾਡੇ ਵਰਗੇ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਕਿ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਤੁਹਾਡੇ ਲੋਕਾਂ ਨਾਲ ਸਾਂਝੀ ਕਰ ਸਕੀਏ। ਕਿਉਂਕਿ ਇਹੋ ਜਿਹੇ ਚੈਨਲ ਹੀ ਨੇ ਜਿਹੜੇ ਸਾਡੇ ਲੋਕਾਂ ਨੂੰ ਪ੍ਰਮੋਟ ਕਰਦੇ, ਔਰ ਸਾਡੀ ਮਾਂ ਬੋਲੀ ਨੂੰ, ਸਾਡੇ ਵਿਰਸੇ ਨੂੰ, ਸਾਡੇ ਕਲਚਰ ਨੂੰ ਜਿਹੜੇ ਪ੍ਰਮੋਟ ਕਰ ਰਹੇ ਆ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਫਤਿਹ ਟੀਵੀ ਦਾ ਵੀ, ਕਿ ਜਿਨ੍ਹਾਂ ਨੇ ਇੱਕ ਪਲੇਟਫਾਰਮ ਪ੍ਰੋਵਾਈਡ ਕਰਵਾਇਆ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
एसन सरदार मनदीप सिंह जो बहुत खूबसूरत तरीके नाल जिन्होंने समझाया कि साढ़े यूथ नूं गुरु महाराज के उपदेशों चल के ही अगे वधना चाहिए। तो असी आस करते इसी तरीके नाल मनदीप जिहड़े वो भावें सियासी दौर होवे या प्रोफेशनल दौर होवे वो अपनी उचाइयां जिहड़ियां छूंदे जाण। तुसी वेखते रहो फतेह टीवी सिख यूथ के अगले एपीसोड च एक बार ही फिर होएगी मुलाकात। तद तक लई वाहिगुरू जी का खालसा वाहिगुरू जी की फतेह।